ਜਿੱਥੇ ਇੱਕ ਤਰਫ ਕਰਫਿਊ ਦੇ ਚਲਦੇ ਡਿਊਟੀ ਤੇ ਤੈਨਾਤ ਪੁਲਿਸ ਅਧਿਕਾਰੀਆਂ ਤੇ ਹਮਲੇ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਬਟਾਲੇ ਦੀ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਫਲੈਗ ਮਾਰਚ ਕਰ ਰਹੇ ਪੁਲਿਸ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਦਾ ਕਲੋਨੀ ਵਾਸੀਆਂ ਨੇ ਫੁੱਲਾਂ ਦੇ ਨਾਲ ਸਵਾਗਤ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਇਸ ਕਠੋਰ ਸਮੇਂ ਲੋਕਾਂ ਦੀ ਹਿਫਾਜ਼ਤ ਤੇ ਕੋਰੋਨਾ ਤੋਂ ਬਚਾਓ ਲਈ ਸੜਕਾਂ ਤੇ ਪੂਰੀ ਤਨਦੇਹੀ ਦੇ ਨਾਲ ਡਿਊਟੀ ਕਰ ਰਹੀ ਹੈ ਤੇ ਉਹਨਾਂ ਨੇ ਪਟਿਆਲਾ ਵਿੱਚ ਕੁਝ ਲੋਕਾਂ ਵੱਲੋਂ ਪੁਲਿਸ ਤੇ ਹਮਲੇ ਦੀ ਘਟਨਾ ਦੀ ਨਿੰਦਾ ਕੀਤੀ ਤੇ ਸਭ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਇਸ ਮੁਸ਼ਕਿਲ ਦੀ ਘੜੀ ਡਿਊਟੀ ਨਿਭਾ ਰਹੇ ਲੋਕਾਂ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ। ਉੱਥੇ ਹੀ DSP ਬਟਾਲਾ ਗੁਰਦੀਪ ਸਿੰਘ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਲੋਕਾਂ ਦਾ ਸਾਥ ਮਿਲਣ ਤੇ ਡਿਊਟੀ ਤੇ ਤੈਨਾਤ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਦਾ ਮਨੋਬਲ ਵਧਦਾ ਹੈ। ਅੱਜ ਕ੍ਰਿਸ਼ਨਾ ਕਲੋਨੀ ਦੇ ਵਿੱਚ ਸਾਡਾ ਪੁਲਿਸ ਦਾ ਪਬਲਿਕ ਨੇ, ਕਲੋਨੀ ਵਾਸੀਆਂ ਨੇ ਬਹੁਤ ਜ਼ਿਆਦਾ ਸਾਡੀ ਰਿਸਪੈਕਟ ਕੀਤੀ, ਬਹੁਤ ਸਾਨੂੰ ਇੱਜ਼ਤ ਦਿੱਤੀ, ਮਾਣ ਸਤਿਕਾਰ ਦਿੱਤਾ। ਮੈਂ ਇਹਨਾਂ ਲੋਕਾਂ ਦਾ ਬੜਾ ਆਭਾਰੀ ਹਾਂ ਪੰਜਾਬ ਪੁਲਿਸ ਵੱਲੋਂ। ਜੇਕਰ ਸਾਡੇ ਇੱਦਾਂ ਹੀ ਹੌਸਲੇ ਵੱਧਦੇ ਰਹੇ ਤਾਂ ਅਸੀਂ ਕਰੋਨਾ ਨਾਲ ਟੱਕਰ ਲੈਣ ਵਾਸਤੇ ਇਹ ਬਹੁਤ ਤੋਂ ਬਹੁਤ ਵੱਧ ਤੋਂ ਵੱਧ ਚੜ੍ਹ ਕੇ ਡਿਊਟੀ ਕਰਾਂਗੇ। ਅਸੀਂ 24 ਘੰਟੇ ਡਿਊਟੀ ਕਰਦੇ ਹਾਂ, ਅਸੀਂ ਹੋਰ ਵੀ ਜ਼ਿਆਦਾ ਸਖ਼ਤ ਡਿਊਟੀ ਕਰਨ ਲਈ ਤਿਆਰ ਹਾਂ। ਜੇ ਪੰਜਾਬ ਪੁਲਿਸ ਸਖਤੀ ਕਰਦੀ ਹੈ ਉਹ ਵੀ ਸਾਡੇ ਫਾਇਦੇ ਵਾਸਤੇ ਕਰਦੀ ਹੈ, ਜੇ ਉਹ ਸਖਤੀ ਨਾ ਕਰੇ ਤਾਂ ਮੈਨੂੰ ਨਹੀਂ ਲੱਗਦਾ ਵੀ ਲੋਕ ਘਰਾਂ 'ਚ ਬੈਠੇ ਨਾ ਹੋਣ। ਸੋ ਅੱਜ ਰਾਧਾ ਕ੍ਰਿਸ਼ਨਾ ਕਲੋਨੀ ਵਿੱਚ ਸਾਰੇ ਹੀ ਆਪਣੇ ਕਲੋਨੀ ਦੇ ਅਤੇ ਮੁਹੱਲੇ ਦੇ ਨਿਵਾਸੀਆਂ ਨੇ ਇੱਕ ਕੱਲ੍ਹ ਦਾ ਜੋ ਐਪੀਸੋਡ ਹੋਇਆ ਸੀ ਉਹਨੂੰ ਦੇਖ ਕੇ ਪ੍ਰਣ ਕੀਤਾ ਵੀ ਅਸੀਂ ਆਪਾਂ ਪੰਜਾਬ ਪੁਲਿਸ ਦੀ ਜਿਹੜੇ ਦਿਲੋਂ ਮਾਣ ਸਨਮਾਨ ਕਰਨਾ ਹੈ। ਔਰ ਉਸ ਸੰਬੰਧੀ ਅੱਜ ਜਦੋਂ ਅਸੀਂ ਪੰਜਾਬ ਪੁਲਿਸ ਦਾ ਹੌਸਲਾ ਅਫਜ਼ਾਈ ਕਰਾਂਗੇ, ਸਾਡੇ ਡਿਪਟੀ ਸਾਹਿਬ ਮਲਿਕ ਜੀ ਜਿਨ੍ਹਾਂ ਨੇ ਬਹੁਤ ਵਧੀਆ ਬਟਾਲੇ ਵਾਸਤੇ ਵੀ ਕੰਮ ਕੀਤਾ ਔਰ ਰਾਤ ਦਿਨ ਆਪਣੇ ਪਰਿਵਾਰਾਂ ਨੂੰ ਛੱਡ ਕੇ ਜਿਹੜੇ ਸਾਡੇ ਸੇਫਟੀ ਵਾਸਤੇ ਸਾਡੇ ਨਾਲ ਖਲੋ ਰਹੇ ਨੇ, 24 ਘੰਟੇ ਡਿਊਟੀਆਂ ਦੇ ਰਹੇ ਨੇ, ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹਾਂ। ਸਾਰੀ ਕਲੋਨੀ ਇਹਨਾਂ ਦਾ ਧੰਨਵਾਦ ਕਰਦੀ ਹੈ। ਜਦੋਂ ਤੂਫਾਨ ਆਪਣੇ ਪੰਜਾਬ ਪੁਲਿਸ ਦੀ ਜਿਹੜੇ ਆਪਣੇ ਘਰ ਬਾਰ ਛੱਡ ਕੇ ਸਾਡੀ ਸੇਵਾ ਲਈ ਹਾਜ਼ਰ ਹੋਏ ਨੇ ਤੇ ਜੇ ਇਹ ਜਿਹੜੀਆਂ ਪਿੱਛੇ ਕਈਆਂ ਨੇ ਵਿਰੋਧ ਕੀਤੇ ਕਿ ਪੁਲਿਸ ਵਾਲੇ ਡਾਂਗਾ ਚਲਾ ਰਹੇ ਨੇ, ਸਖਤੀ ਵਰਤ ਰਹੇ ਨੇ, ਭਰਾਓ ਉਹ ਡਾਂਗਾ ਜਿਹੜੀਆਂ ਨੇ ਨਾ ਪੁਲਿਸ ਵਾਲੇ ਕਹਿੰਦੇ ਅਸੀਂ ਡਾਂਗਾ ਜ਼ਰੂਰ ਚਲਾ ਸਕਦੇ ਪਰ ਇਹਨਾਂ ਦੀਆਂ ਲਾਸ਼ਾਂ ਨਹੀਂ ਚੁੱਕ ਸਕਦੇ। ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।